Hello students, I hope you all are very well. Today we will start next topic, that is application of section 37 of Indian Partnership Act 1932. Clear? ਤਾਂ ਹੁਣ ਇਹ ਸੈਕਸ਼ਨ ਦੇ ਅਕੋਰਡਿੰਗਲੀ ਕੀ ਆ ਦੇਖੋ ਬੱਚੇ ਹੁਣ ਆਪਾਂ ਕੀਤਾ ਹੈ ਕਿ ਕਈ ਵਾਰ ਕਿਸੇ ਪਾਰਟਨਰ ਦੀ ਰਿਟਾਇਰਮੈਂਟ ਹੋ ਗਈ ਜਾਂ ਕੋਈ ਪਾਰਟਨਰ ਡੈਥ ਹੋ ਗਈ ਠੀਕ ਹੈ ਲੈਟ ਕੇ ਉਹਦੀ ਰਿਟਾਇਰਮੈਂਟ ਹੋ ਗਈ 31 ਮਾਰਚ 2018 ਨੂੰ ਪਰ ਆਪਾਂ ਕੀ ਕਰਦੇ ਹਾਂ ਉਹਦੀ ਪੇਮੈਂਟ 2019 'ਚ ਜਾ ਕੇ ਕਰ ਰਹੇ ਹਾਂ 2020 'ਚ ਜਾ ਕੇ ਕਰ ਰਹੇ ਹਾਂ ਜਾਂ ਜਿੱਦਾਂ ਡੈਥ ਹੋ ਗਈ 1 ਅਗਸਤ ਨੂੰ ਅਸੀਂ ਉਹਦੀ ਪੇਮੈਂਟ ਕਰ ਰਹੇ ਹਾਂ ਆਪਦਾ ਸਾਲ ਖਤਮ ਹੋਣ 'ਤੇ ਤਾਂ ਜਿਹੜੀ ਉਹਨੂੰ ਡਿਲੇ ਪੇਮੈਂਟ ਹੁੰਦੀ ਆ ਇਨ ਕੇਸ ਆਫ ਡਿਲੇ ਆਫ ਫਾਈਨਲ ਸੈਟਲਮੈਂਟ ਕਿ ਜਿਹੜੇ ਉਹਨੂੰ ਆਪਾਂ ਪੈਸੇ ਦੇਣੇ ਆ ਜੇ ਅਸੀਂ ਇਹ ਲੇਟ ਕਰ ਰਹੇ ਹਾਂ ਤਾਂ ਫਿਰ ਜਿੰਨਾ ਟਾਈਮ ਲੇਟ ਕਰ ਰਹੇ ਹਾਂ ਸਾਨੂੰ ਉਨੇ ਟਾਈਮ ਲਈ ਉਹਨੂੰ ਕੰਪਨਸੇਟ ਕਰਨਾ ਪੈਣਾ ਮਤਲਬ ਉਨੇ ਟਾਈਮ ਦਾ ਉਹਨੂੰ ਬਣਦਾ ਹਿੱਸਾ ਦੇਣਾ ਪੈਣਾ ਉਹ ਬਣਦਾ ਹਿੱਸਾ ਦੇਣ ਦੇ ਲਈ ਸਾਡੇ ਕੋਲ ਦੋ ਆਪਸ਼ਨਸ ਹੈ ਫਸਟ ਹੈਗੀ ਆ ਕਿ ਜਿੰਨਾ ਟਾਈਮ ਅਸੀਂ ਇਹਨੂੰ ਲੇਟ ਪੇਮੈਂਟ ਕਰਾਂਗੇ ਉਹਦੀ ਪੇਮੈਂਟ ਦਾ ਅਸੀਂ 6% ਇੰਟਰਸਟ ਕੱਢਾਂਗੇ ਕਲੀਅਰ ਸੈਕਿੰਡ ਸਾਡੇ ਕੋਲ ਆਪਸ਼ਨ ਕੀ ਆ ਕਿ ਅਸੀਂ ਉਹਦੇ ਪ੍ਰਪੋਰਸ਼ਨੇਟ ਪ੍ਰੋਫਿਟ ਕੱਢਾਂਗੇ ਅਤੇ ਇਹਨਾਂ ਦੋਨਾਂ 'ਚੋਂ ਜਿਹੜੀ ਵੈਲਿਊ ਹਾਈ ਹੋਏਗੀ ਉਹ ਵੈਲਿਊ ਨੂੰ ਮਿਲੇਗੀ ਜੇ ਇੰਟਰਸਟ ਜ਼ਿਆਦਾ ਆਉਂਦਾ ਹੋਇਆ ਤਾਂ ਉਹਨੂੰ ਇੰਟਰਸਟ ਮਿਲੇਗਾ ਜੇ ਪ੍ਰੋਫਿਟਸ ਜ਼ਿਆਦਾ ਬਣਦੇ ਹੋਏ ਤਾਂ ਉਹਨੂੰ ਪ੍ਰੋਫਿਟਸ ਮਿਲਣਗੇ ਤਾਂ ਪ੍ਰਪੋਰਸ਼ਨੇਟ ਪ੍ਰੋਫਿਟ ਆਪਾਂ ਕਿੱਦਾਂ ਕੱਢਾਂਗੇ ਉਹਦੀ ਰਿਟਾਇਰਮੈਂਟ ਤੋਂ ਬਾਅਦ ਜਿੰਨੇ ਪ੍ਰੋਫਿਟ ਹੋਣਗੇ ਮਲਟੀਪਲਾਈ ਜਿਹੜਾ ਪਾਰਟਨਰ ਰਿਟਾਇਰ ਹੋ ਰਿਹਾ ਉਹਦੀ ਕੈਪੀਟਲ ਓਵਰ ਟੋਟਲ ਕੈਪੀਟਲ ਤਾਂ ਕੁਐਸਚਨ ਨੰਬਰ 78 ਦੇਖੋ ਏ ਬੀ ਸੀ ਤਿੰਨ ਪਾਰਟਨਰ ਹੈ ਪਾਰਟਨਰਸ਼ਿਪ ਦੇ ਵਿੱਚ ਪ੍ਰੋਫਿਟ ਲੋਸ ਉਹ ਇਕੁਅਲੀ ਸ਼ੇਅਰ ਕਰ ਰਹੇ ਆ ਸੀ ਰਿਟਾਇਰਡ ਔਨ 31 ਅਕਤੂਬਰ ਹੁਣ ਸੀ ਦੀ ਰਿਟਾਇਰਮੈਂਟ ਹੋਈ ਆ 31 ਅਕਤੂਬਰ ਨੂੰ ਉਸ ਟਾਈਮ 'ਤੇ ਉਹਦੀ ਕੈਪੀਟਲ ਤਿੰਨੋਂ ਪਾਰਟਨਰਸ ਦੀ ਕੈਪੀਟਲ ਏ ਦੀ ਕੈਪੀਟਲ 50,000 ਬੀ ਦੀ ਕੈਪੀਟਲ 75,000 ਸੀ ਦੀ ਕੈਪੀਟਲ 1,20,000 ਕਲੀਅਰ ਏ ਐਂਡ ਬੀ ਆ ਜਿਹੜੇ ਉਹ ਕੰਟੀਨਿਊਸਲੀ ਬਿਜ਼ਨਸ ਕਰ ਰਹੇ ਆ ਉਹਨਾਂ ਨੇ ਸੀ ਨੂੰ ਕੋਈ ਪੇਮੈਂਟ ਨਹੀਂ ਕੀਤੀ ਸੀ ਨੂੰ ਪੇਮੈਂਟ ਕੀਤੀ ਆ 1 ਫਰਵਰੀ ਨੂੰ ਜਾ ਕੇ ਰਿਟਾਇਰ ਹੋਇਆ ਉਹ 31 ਅਕਤੂਬਰ ਨੂੰ ਮਤਲਬ ਕਿ ਨਵੰਬਰ ਦਸੰਬਰ ਅਤੇ ਜਨਵਰੀ 3 ਮਹੀਨੇ ਲੇਟ ਪੇਮੈਂਟ ਕੀਤੀ ਇਹ 3 ਮਹੀਨਿਆਂ ਦੇ ਜਿਹੜੇ ਪ੍ਰੋਫਿਟਸ ਆ ਉਹ 28,000 ਆ ਤਾਂ ਹੁਣ ਆਪਾਂ ਇਹ ਕਰਨਾ ਕਿ ਫਾਈਨਲ ਅਮਾਊਂਟ ਸੀ ਦੀ ਕਿੰਨੀ ਬਣਦੀ ਆ ਤਾਂ ਉਹਦੇ ਲਈ ਆਪਾਂ ਪਹਿਲਾਂ ਦੋਨੇ ਆਪਸ਼ਨਸ ਲਾ ਕੇ ਦੇਖਾਂਗੇ ਦੇਖੋ ਤਿੰਨ ਪਾਰਟਨਰ ਆਪਣੇ ਕੋਲ ਏ ਬੀ ਅਤੇ ਸੀ ਕਲੀਅਰ ਪਹਿਲਾਂ ਆਪਾਂ ਸੀ ਦਾ ਇੰਟਰਸਟ ਕੱਢ ਕੇ ਦੇਖਦੇ ਹਾਂ ਇੰਟਰਸਟ ਫੋਰ ਸੀ ਇੰਟਰਸਟ ਜਿਹੜਾ ਆਪਾਂ ਕੱਢਣਾ ਹੈ ਉਹਦੇ ਲਈ ਉਹਦੀ ਅਮਾਊਂਟ ਕਿੰਨੀ ਬਣਦੀ ਸੀ 1,20,000 ਇੰਟਰਸਟ ਹਮੇਸ਼ਾ ਕਿੰਨਾ ਰੱਖਣਾ ਤੁਸੀਂ 6% ਅਤੇ ਕਿੰਨੇ ਮੰਥ ਲੇਟ ਪੇਮੈਂਟ ਕੀਤੀ ਆ ਉਹਨੂੰ 3 ਮੰਥ ਤਾਂ ਇਹ ਜੇ ਆਪਾਂ ਕੈਲਕੂਲੇਸ਼ਨਸ ਕਰੀਏ ਤਾਂ ਉਹਦਾ ਜਿਹੜਾ ਹੁਣ ਤੱਕ ਦਾ ਇੰਟਰਸਟ ਬਣਦਾ ਹੈ ਉਹ ਬਣਦਾ ਹੈ 1,800 ਰੁਪਏ ਫਸਟ ਆਪਸ਼ਨ 1,800 ਹੁਣ ਆਪਾਂ ਸੈਕਿੰਡ ਆਪਸ਼ਨ ਲੈਣੀ ਆ ਉਹਦੀ ਪ੍ਰਪੋਰਸ਼ਨੇਟ ਪ੍ਰੋਫਿਟ ਦੀ ਪ੍ਰਪੋਰਸ਼ਨੇਟ ਪ੍ਰੋਫਿਟਸ ਦੇ ਲਈ ਦੇਖੋ ਹੁਣ ਤੱਕ ਜਿਹੜੇ ਉਹਨਾਂ ਨੇ ਪ੍ਰੋਫਿਟ ਕਮਾਏ ਆ ਉਹ ਆਪਾਂ ਨੂੰ ਕੁਐਸਚਨ 'ਚ ਦਿੱਤੇ ਆ ਕਿੰਨੇ ਆ 28,000 ਸੀ ਦੀ ਕੈਪੀਟਲ ਕਿੰਨੀ ਆ 1,20,000 ਓਵਰ ਟੋਟਲ ਕੈਪੀਟਲ ਟੋਟਲ ਕੈਪੀਟਲ ਸਾਡੇ ਕੋਲ ਕਿੰਨੀ ਆ ਤਿੰਨੋਂ ਪਾਰਟਨਰਸ ਦੀ ਫਸਟ ਪਾਰਟਨਰ ਦੀ ਹੈ 50,000 ਸੈਕਿੰਡ ਪਾਰਟਨਰ ਦੀ ਆ 75,000 ਥਰਡ ਪਾਰਟਨਰ ਦੀ ਆ 1,20,000 ਮੀਨਸ ਕਿ ਟੋਟਲ ਕੈਪੀਟਲ ਸਾਡੇ ਕੋਲ ਉਹਨਾਂ ਦੀ ਹੋ ਗਈ 2,45,000 ਉਹ ਆਪਾਂ ਇੱਥੇ ਪੁੱਟ ਕਰ ਲਾਂਗੇ ਤਾਂ ਜੋ ਵੀ ਇਹਨਾਂ ਦੀਆਂ ਕੈਲਕੂਲੇਸ਼ਨਸ ਕਰਨ ਤੋਂ ਬਾਅਦ ਇਹ ਸ਼ੇਅਰ ਤੁਹਾਡੇ ਕੋਲ ਆ ਜਾਏਗਾ 13,714 ਰੁਪਏ ਕਲੀਅਰ ਹੁਣ ਦੇਖੋ ਇੰਟਰਸਟ ਬਣਦਾ ਸੀ 1,800 ਅਤੇ ਇਹ ਸ਼ੇਅਰ ਬਣ ਰਿਹਾ ਉਹਦਾ 13,714 ਇੰਟਰਸਟ ਸਿੰਪਲ ਕੱਢਣਾ 6% ਜਿੰਨੇ ਮਹੀਨੇ ਲੇਟ ਪੇਮੈਂਟ ਹੋਈ ਆ ਪ੍ਰੋਫਿਟ ਸ਼ੇਅਰ ਕੱਢਣਾ ਜਿੰਨਾ ਉਹਦਾ ਟੋਟਲ ਪ੍ਰੋਫਿਟ ਹੋਇਆ ਹੁਣ ਤੱਕ ਉਹਦੀ ਕੈਪੀਟਲ ਓਵਰ ਟੋਟਲ ਕੈਪੀਟਲ ਤਾਂ ਹੁਣ ਇਹ ਉਹਦਾ ਬਣਦਾ 13,714 ਤਾਂ ਆਪਾਂ ਕੀ ਲਿਖਾਂਗੇ ਅਮਾਊਂਟ ਇਨ ਸੈਕਿੰਡ ਆਪਸ਼ਨ ਇਜ਼ ਹਾਇਰ ਸੋ ਸੀ ਵੈਲ ਗੈਟ ਪ੍ਰਪੋਰਸ਼ਨੇਟ ਪ੍ਰੋਫਿਟ ਅੰਡਰ ਸੈਕਸ਼ਨ 37 ਤਾਂ ਹੁਣ ਉਹਦੀ ਟੋਟਲ ਪੇਮੈਂਟ ਕਿੰਨੀ ਬਣੇਗੀ 1,20,000 ਤਾਂ ਅਸੀਂ ਉਹਨੂੰ ਉਹਦੀ ਕੈਪੀਟਲ ਦਾ ਹੀ ਦੇਣਾ ਹੈ ਠੀਕ ਹੈ ਅਤੇ 13,714 ਰੁਪਏ ਉਹਨੂੰ ਇਹ ਮਿਲਣੇ ਆ ਮਤਲਬ ਕਿ ਹੁਣ ਜਿਹੜੀ ਉਹਦੀ ਟੋਟਲ ਪੇਮੈਂਟ ਹੋ ਗਈ ਉਹ ਹੋ ਗਈ 1,33,714 ਰੁਪਏ ਕਲੀਅਰ ਦੈਨ ਨੈਕਸਟ ਟੋਪਿਕ ਜੋ ਆਪਾਂ ਕਰਨਾ ਉਹ ਆਪਣੇ ਕੋਲ ਹੈ ਕਿ ਜਦੋਂ ਕਿਸੇ ਪਾਰਟਨਰ ਦੀ ਡੈਥ ਹੁੰਦੀ ਆ ਤਾਂ ਉਸ ਟਾਈਮ ਉਹਦੀਆਂ ਕੈਲਕੂਲੇਸ਼ਨਸ ਕਿੱਦਾਂ ਕਰਨੀਆਂ ਸਾਰੀਆਂ ਠੀਕ ਹੈ ਉਹਦੇ ਲਈ ਦੇਖੋ ਐਕਸ ਵਾਈ ਦੋ ਪਾਰਟਨਰ ਆ ਰੇਸ਼ੋ ਉਹਨਾਂ ਦੀ 3:2 ਦੇ ਕਲੋਜ਼ ਦੇ ਆਰ ਬੁੱਕਸ ਆਫ ਅਕਾਊਂਟਸ ਐਵਰੀ ਈਅਰ ਔਨ 31 ਮਾਰਚ 31 ਮਾਰਚ ਨੂੰ ਉਹਨਾਂ ਦੀਆਂ ਬੁੱਕਸ ਕਲੋਜ਼ ਹੁੰਦੀਆਂ ਆ ਆਪਾਂ ਨੂੰ ਬੈਲੈਂਸ ਸ਼ੀਟ ਦਿੱਤੀ ਹੈ ਜਿਹਦੇ 'ਚ ਕੈਪੀਟਲ ਰਿਜ਼ਰਵ ਕ੍ਰੈਡਿਟਰ ਦਿੱਤੇ ਹੋਏ ਆ ਇੱਧਰ ਸਾਨੂੰ ਐਸੈਟਸ ਗਿਵਨ ਹੈ ਠੀਕ ਹੈ ਦੈਨ ਵਾਈ ਦੀ ਡੈਥ ਹੋ ਗਈ 31 ਅਗਸਤ ਨੂੰ ਵਾਈ ਦੀ ਡੈਥ ਹੋਈ ਆ 31 ਅਗਸਤ ਨੂੰ ਪਾਰਟਨਰਸ਼ਿਪ ਡੀਡ ਅਕੋਰਡਿੰਗਲੀ ਹੁਣ ਉਹਨੂੰ ਕੀ ਕੀ ਮਿਲਣਾ
देखो जो थोनू इत्थे लिखिया तुसी सिर्फ वो चीज़ां चक के लिख देनियां उत्थे अकाउंट दे विच। पहला उन्होंने की लिखिया कि जिन्नी उहदी कैपीटल आ वह लिखनी है, सैकेंड नंबर पर रिजर्व का शेयर उन्होंने देना है, थर्ड नंबर पर उन्होंने शेयर ऑफ प्रॉफिट देना। शेयर ऑफ प्रॉफिट किदां देना, शेयर ऑफ प्रॉफिट टू द डेट ऑफ डैथ बेस्ड ऑन द एवरेज प्रॉफिट ऑफ लास्ट थ्री ईयर। सानू तीन साल के प्रॉफिट दिते हुए आ, असी इन्हां दी एवरेज कैलकुलेट करांगे, जिन्ने एवरेज प्रॉफिट आ गए उहदे ते जिन्ना उस पार्टनर का शेयर होगा तो जिन्ने मंथ वो साढ़े नाल रहा। दैन जिहड़ी असानू गुडविल देनी आ उहदे लई असी लैणे आ टोटल प्रॉफिट। ये भी तुसीं ध्यान रखना बच्चे, इत्थे तुहानू लिखी आ एवरेज प्रॉफिट तो आपां एवरेज कढ के शेयर कढांगे, गुडविल लई तुहानू लिखिआ टोटल प्रॉफिट तो आपां टोटल प्रॉफिट चो शेयर कढांगे। क्लीयर? दैन जिन्नी उहदी अमाउंट बनदी उह असी ट्रांसफर करनी आ। तां उहदे लई देखो हुण सब तो पहलां एक्स ते वाई पार्टनर सी उन्हां दी रेशो साढ़े कोल सीगी 3:2। ठीक है, डैथ किहदी हो रही आ वाई दी। वाई दी डैथ लई हुण आपां कल्ले वाई दा कैपीटल अकाउंट प्रिपेयर करांगे, सारे पार्टनरस दा कैपीटल अकाउंट प्रिपेयर नहीं करांगे। पर्टिकुलर अमाउंट ओनली वाई दा कैपीटल अकाउंट असीं प्रिपेयर करांगे। जो उन्होंने सानू लिखिया सी, फर्स्टली उन्होंने सानू लिखिया सी कि उहदी कैपीटल वाई दी कैपीटल आपां नूं क्वेश्चन च गिवन आ 90,000, वह लिखती। सैकेंड उन्होंने लिखिया सी वाई दा रिजर्व दे विचों शेयर, रिजर्व है 45,000, वाई दा शेयर हैगा 2/5, तो 45,000 चो 2/5 करके उहदा रिजर्व च शेयर निकले आया 18,000। दैन उन्होंने किया उहदा शेयर ऑफ प्रॉफिट, जिहड़ी असी प्रॉफिट एंड लॉस सस्पेंस अकाउंट चो देना। हुण इह शेयर कैलकुलेट किदां करना सी, एवरेज दे बेस ते। तां पहलां तुसीं वर्किंग नोट्स कैलकुलेट करने आ एवरेज प्रॉफिट। एवरेज प्रॉफिट तुसीं कैलकुलेट करोगे, पहले साल दे प्रॉफिट आ 68,000, दूजे दे आ 58,300, तीसरे दे आ 62,700, तिन्नां दा प्लस डिवाइडेड बाय 3, टोटल तुहाडे कोल आ गया 1,89,000। जदों 3 ते डिवाइड किया तां तुहाडे कोल एवरेज प्रॉफिट आ गए 63,000। हुण आपां इहदे चों वाई दा शेयर कढणा। देखो एवरेज प्रॉफिट 63,000, वाई दा शेयर 2/5। हुण साडा साल खत्म हुंदा सी 31 मार्च नूं ते उहदी डैथ होई आ 31 अगस्त नूं। क्लीयर? तां किन्ने मंथ हो गए, अप्रैल मई जून ते जुलाई, 4 मंथ हो गए, अप्रैल मई जून जुलाई ते अगस्त, क्योंकि 31 अगस्त आ तां 5 मंथ हो गए, 5 नाल 5 कट हो गया 2/6 दा 12, तो इतने जोड़ा वह शेयर निकलिया साढ़े को 10,500, वो लिख देना। दैन गुडविल, गुडविल के शेयर लिए उन्होंने कहा कि असी टोटल लेना, टोटल साढ़े को तिना साल का प्रॉफिट किन्ना आया 189, तो गुडविल असी सिर्फ वह शेयर क्ढांगे, गुडविल तो कोई मंथ नहीं लगते होंगे। क्लीयर? तो यह थोड़े को आ गया 75,600 रुपए, ये असी इतने लिख देना बाय गुडविल 75,600। इस तो बिना उन्होंने होर कुछ नहीं लिखा, उन्होंने सानू कैपीटल लिखी सी असी वह देती, रिजर्व का शेयर लिखा सी वह देता, प्रॉफिट एंड लॉस जो उन्होंने कहा सी एवरेज के बेस पर देना वो हो गया, गुडविल देती। हुण वाई की तो डैथ होगी तो असी इत्थे लिखांगे 2 वाइज हेयर अकाउंट, जो भी उहदा लीगल हेयर होएगा, जो भी उहदा कानूनी वारस होएगा उन्हूं असी उहदी सारी बनदी पेमेंट आ जिहड़ी कर दांगे। क्लीयर? बस तुसीं इन्ना ध्यान रखना कि जदों प्रॉफिट देने आ, एक तो उन्होंने अगर एवरेज लिखी है तो एवरेज तो शेयर कढ़ना ते नाल मंथ लाने आ, ते गुडविल ते कोई भी मंथ नहीं लगते। क्लीयर? आई होप यू अंडरस्टैंड वैल। थैंक यू स्टूडेंट।